ਹੁਸ਼ਿਆਰਪੁਰ ਵਿੱਚ ਅੱਜ ਦੇਰ ਸ਼ਾਮ ਘੰਟਾ ਘਰ ਨਜ਼ਦੀਕ ਓਰੀ ਮਨੀ ਐਕਸਚੇਂਜ ਤੋਂ ਲੁਟੇਰੇ 4 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਮਨੀ ਐਕਸਚੇਂਜ ਦੀ ਦੁਕਾਨ ਕਰ ਰਹੇ ਆਕਾਸ਼ ਓਰੀ ਪੁੱਤਰ ਵਿਨੋਦ ਓਰੀ ਦਾ ਕਹਿਣਾ ਹੈ ਕਿ ਅੱਜ ਦੁਪਹਿਰ ਕਰੀਬ 2 ਵਜੇ ਉਹ ਦੁਕਾਨ ਤੇ ਆਏ ਸਨ ਅਤੇ ਸ਼ਾਮ ਦੇ 5:37 ਤੇ ਇੱਕ ਨੌਜਵਾਨ ਉਹਨਾਂ ਦੀ ਦੁਕਾਨ ਤੇ ਆਇਆ ਤੇ ਪੇਮੈਂਟ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਰਕਮ ਜ਼ਿਆਦਾ ਹੋਣ ਕਰਕੇ ਉਹਨਾਂ ਕਿਹਾ ਕਿ ਇਹ ਪੇਮੈਂਟ ਚੈੱਕ ਨਾਲ ਹੋਵੇਗੀ। ਜਿਸ ਤੋਂ ਬਾਅਦ ਇੱਕ ਹੋਰ ਨੌਜਵਾਨ ਆ ਗਿਆ ਅਤੇ ਅੰਦਰੋਂ ਸ਼ਟਰ ਬੰਦ ਕਰ ਲਿਆ। ਉਹਨਾਂ ਨੇ ਦਾਤ ਨੁਮਾ ਤੇਜ਼ ਹਥਿਆਰ ਕੱਢ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਵੇਂ ਨੌਜਵਾਨ 4 ਲੱਖ ਤੋਂ ਵੱਧ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਪਾਰਟੀ ਸਮੇਤ DSP ਸਿਟੀ ਪ੍ਰੇਮ ਸਿੰਘ ਅਤੇ SHO ਥਾਣਾ ਸਿਟੀ ਅਮਨ ਸੈਣੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਨਾਕੇਬੰਦੀ ਕੀਤੀ ਗਈ ਹੈ, ਜਲਦ ਹੀ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਸਰ ਬੰਦਾ ਐਸੀ ਕੋਈ ਕਿ ਮੈਨੂੰ ਪੇਮੈਂਟ ਆਈ ਬਾਹਰੋਂ ਚਾਹੀਦੀ, ਸਾਨੂੰ ਪੇਮੈਂਟ, ਮੈਂ ਕਿਹਾ 80,000 ਦੀ ਪੇਮੈਂਟ ਕੈਸ਼ ਨਹੀਂ ਹੋਣੀ, ਤੁਹਾਨੂੰ ਬਾਅਦ ਚੈੱਕ ਹੀ ਹੋਣੀ ਹੈ। ਉਹ ਕਹਿ ਕੇ ਚਲਾ ਗਿਆ। ਫਿਰ ਉਹ ਵਾਪਸ ਆਇਆ ਅਤੇ ਉਹ ਇੱਕ ਬੰਦਾ ਨਾਲ ਆਇਆ ਅਤੇ ਉਹਨੇ ਆਉਂਦੇ ਸ਼ਟਡਾਊਨ ਕਰ ਲਿਆ। ਮੈਂ ਸਮਝ ਗਿਆ ਕਿ ਇਹਨੇ ਸ਼ਟਡਾਊਨ ਕੀਤਾ, ਕੋਈ ਗੱਲ ਹੋਣ ਲੱਗੀ ਆ, ਅਤੇ ਮੈਂ ਆਪਣੀ ਸੀਟ ਤੋਂ ਬੈਠ ਕੇ ਇੱਧਰ ਨੂੰ ਆਇਆ ਅਤੇ ਨਾਲ ਹੀ ਉਹਨੂੰ ਥੋੜ੍ਹਾ ਪੁਸ਼ ਓਵਰ ਕੀਤਾ ਉਹਨੂੰ। ਉਹਨੇ ਦੋ ਸੀ, ਮੈਂ ਇਕੱਲਾ ਸੀਗਾ। ਫਿਰ ਵੀ ਮੈਂ ਕਾਫੀ ਕੋਸ਼ਿਸ਼ ਕੀਤੀ ਕਿ ਮਤਲਬ ਓਵਰ ਪਾਵਰ ਕਵਰੇ। ਉਹਨੇ ਕੁਛ ਕੱਢਿਆ ਡਾਰਟ ਜਿਹਾ, ਸਮਝ ਗਿਆ ਮੈਂ ਗ੍ਰੇ ਜਿਹਾ ਕਲਰ ਦਾ ਕੋਈ ਇੰਸਟਰੂਮੈਂਟ ਹੈ। ਮੈਂ ਕਿਹਾ ਪਿਸਤੌਲ ਨਹੀਂ ਹੈ, ਇਹ ਡਾਰਟ ਹੈ ਜਿਹਦੇ ਨਾਲ ਅਸੀਂ ਦਰਖਤ ਵੱਢਦੇ ਹਾਂ। ਅਤੇ ਉਸ ਤੋਂ ਬਾਅਦ ਇਹਨੇ ਮੈਨੂੰ ਲੰਮਾ ਪਾਇਆ ਓਵਰ। ਮੈਂ ਹੀਟਰ ਮੈਂ ਖੋਲ੍ਹਣ ਲੱਗਾ ਸੀ ਕਿ ਮੈਂ ਹੀਟਰ ਚੁੱਕੇ ਮਾਰਾਂ ਮੂੰਹ 'ਤੇ, ਉੱਤੇ ਆਪੇ ਹੀਟਰ ਲੱਗੂ ਮੂੰਹ 'ਤੇ ਸੜਨ, ਪਰ ਉਹ ਹੀਟਰ ਮੇਰੇ ਹੱਥ 'ਚ ਆਇਆ ਨਹੀਂ ਮੇਰੇ, ਕਿਉਂਕਿ ਹੀਟਰ ਪ੍ਰੈਸ ਔਫ ਮਾਈਂਡ ਸੀਗੀ ਮੇਰੀ। ਫਿਰ ਇਹਨਾਂ ਨੇ ਮੈਂ ਕਿਹਾ ਦੇਖੋ ਤੁਹਾਨੂੰ ਉੱਦਾਂ ਵੀ ਕੁਛ ਨਹੀਂ ਮਿਲਣਾ, ਤੁਸੀਂ ਮੈਨੂੰ ਛੱਡੋ, ਮੈਂ ਦੇਖ ਲੈਂਦਾ ਜੋ ਹੈਗਾ ਦੇ ਦੂੰਗਾ ਤੁਹਾਨੂੰ ਆਪਣਾ, ਇਹ ਕਿਹੜੀ ਗੱਲ ਹੈ। ਅਤੇ ਪਰ ਤੁਸੀਂ ਮੈਨੂੰ ਜਾਨੋ ਨਾ ਮਾਰੀਓ। ਅਤੇ ਪਤਾ ਨਹੀਂ ਫਿਰ ਕੀ ਉਹਦੇ ਮਨ 'ਚ ਆਇਆ ਅਤੇ ਇਹਨਾਂ ਨੇ ਮੇਰੇ 4 ਲੱਖ ਰੁਪਏ ਲੁੱਟਿਆ ਇਹਨਾਂ ਨੇ ਸੇਫ 'ਚੋਂ ਅਤੇ ਲੈ ਗਏ ਆ। ਕਿੰਨੇ ਬੰਦੇ ਸੀਗੇ? 2 ਬੰਦੇ ਸੀਗੇ ਜੀ। ਪਹਿਲਾਂ ਇੱਕ ਬੰਦਾ ਦੇਖ ਕੇ ਗਿਆ ਸਾਰਾ, ਫਿਰ ਨਾਲ ਆਪਣੇ ਬੰਦਾ ਲੈ ਕੇ ਆਇਆ, ਉਹਨੇ ਅਗਲਾ ਸ਼ਟਰ ਡਾਊਨ ਕੀਤਾ, ਜਾਂਦੇ ਮੈਨੂੰ ਸ਼ਟਰ ਲਗਾ ਗਏ ਆ। ਅਤੇ ਇੱਕ ਤਾਂ ਅੰਗੂਠਾ ਜਿਹ 'ਚ ਟਾਂਕਾ ਲੱਗਾ ਹੋਇਆ ਇਸ ਅੰਗੂਠੇ 'ਚ, ਅਤੇ ਬਾਕੀ ਇਹਨਾਂ ਨੇ ਜਾਂਦੇ ਇੱਥੇ ਕੰਨ 'ਤੇ ਮਤਲਬ ਮਾਰਿਆ, ਪਰ ਮੈਨੂੰ ਬੋਰ ਵੱਜਿਆ ਨਹੀਂ, ਹਲਕਾ ਵੀ ਵੱਜਿਆ ਆਈ ਥਿੰਕ, ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਖੂਨ ਇੱਥੇ ਆ ਰਿਹਾ, ਮੈਨੂੰ ਲੱਗਾ ਮਹਿਸੂਸ ਨਹੀਂ, ਮੈਨੂੰ ਖੂਨ ਇੱਥੇ ਆ ਰਿਹਾ। ਟੋਟਲ ਕਿੰਨੀ ਨਕਦੀ ਲੱਗ ਰਹੀ? ਚਾਰ ਤਾਂ ਹੈ ਹੀ ਹੈ। ਦੁਕਾਨ ਆਪਣੀ ਕਿੱਥੇ ਕਰਕੇ ਹੋਈ ਹੈ? ਇਹ ਬਿਲਕੁਲ ਜੀ ਆਪਣੇ ਨਰਾਇਣ ਵਿਕਰੀ ਸਾਹਮਣੇ ਓਰੀ ਬਿਲਡਿੰਗ। ਹਾਂਜੀ, ਘੰਟਾ ਘਰ ਦੇ ਕੋਲ ਇਹ ਕਰੀਬ 4 ਲੱਖ ਦੇ ਕਹਿ ਰਹੇ ਆ ਕੈਸ਼ ਸੀ ਸਾਡੇ ਕੋਲ, ਅਤੇ 5-7 ਵਜੇ 5:37 'ਤੇ ਇਹ ਪਹਿਲਾਂ ਪੁੱਛਣ ਆਇਆ, ਕਹਿੰਦਾ ਵੀ ਅਸੀਂ ਪੇਮੈਂਟ ਕੈਸ਼ ਕਰਾਉਣੀ 85,000 ਦੀ। ਉਸ ਤੋਂ ਬਾਅਦ ਉਹ ਬੰਦਾ ਚਲੇ ਗਿਆ। ਚੱਲਣ ਤੋਂ ਬਾਅਦ 7-8 ਮਹੀਨਿਆਂ ਬਾਅਦ 2 ਬੰਦੇ ਆਏ, ਜਿਹਨਾਂ ਆਉਂਦਿਆਂ ਦੇ ਨਾਲ ਹੱਥੋਪਾਈ ਕੀਤੀ। ਉਹਨੇ ਕਾਫੀ ਦੁਕਾਨਦਾਰ ਕਾਸ਼ੋਰੀ ਨਾਲ ਝਗੜੇ, ਪਰ ਦਾਤ ਨਹੀਂ ਉਹਨੇ ਮਾਰਿਆ। ਬਾਅਦ ਵਿੱਚ ਜਦੋਂ ਕੈਸ਼ ਲੈ ਗਏ, ਉਸ ਤੋਂ ਬਾਅਦ ਉਹ ਦਰਵਾਜ਼ਾ ਉਹਨੇ ਸ਼ਟਰ ਬੰਦ ਕਰ ਦਿੱਤਾ, ਸ਼ਟਰ ਬੰਦ ਕਰਦੇ ਉਹਦਾ ਦਾਤ ਕਿਤੇ ਉਹਦੇ ਨਾਲ ਟੱਚ ਕਰ ਗਿਆ। ਕਿੱਥੇ ਲੱਗਾ? ਉਹਦੇ ਉਂਗਲ 'ਤੇ ਲੱਗਾ, ਤੀਜੀ ਵਾਲੀ ਉਂਗਲ 'ਤੇ। ਰਕਮ ਲੱਗੇ ਜੀ? ਕਰੀਬ 4 ਲੱਖ ਦੇ ਕਹਿ ਰਹੇ ਆ, ਅਜੇ ਇਹਨਾਂ ਨੇ ਪੂਰਾ ਅਕਾਊਂਟ ਨਹੀਂ ਕੀਤਾ। ਕਰੀਬ 4 ਲੱਖ ਦੇ ਕਹਿ ਰਹੇ। ਮੋਬਾਈਲ ਵੀ ਕਿੰਨੇ? ਇੱਕ ਮੋਬਾਈਲ ਵੀ ਲੱਗੇ। ਕਿੰਨੇ ਬੰਦੇ? ਕਿੰਨੇ ਸੀਗੇ? 2 ਬੰਦੇ ਸੀ। ਸਰ ਸੰਡੇ ਦਾ ਟਾਈਮ ਹੈਗਾ ਵਾ, ਬਾਹਰ ਵੱਡੀ ਇੰਨੀ ਮਾਰਕੀਟ ਹੁੰਦੀ, ਇੰਨੀ ਜਨਤਾ ਹੁੰਦੀ ਆ, ਥਾਣਾ ਨਜ਼ਦੀਕ ਹੈਗਾ, ਉਹਦੇ ਬਾਵਜੂਦ ਵੀ ਬਾਹਰ ਹੋ ਜਾਣਾ ਪੁਲਿਸ ਦੇ ਵਾਸਤੇ ਨਮੋਸ਼ੀ ਨਹੀਂ? ਨਹੀਂ, ਚਲੋ ਇਹ ਤਾਂ ਹੈ, ਸਾਈਡ 'ਤੇ ਹੈ, ਗਲੀ ਦੇ ਵਿੱਚ ਹੈ, ਕੋਈ ਕੰਧ ਜਗ੍ਹਾ 'ਤੇ ਆ, ਆਮ ਸ਼ਰੇਆਮ ਤਾਂ ਜਗ੍ਹਾ ਹੈ ਨਹੀਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।